ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HK ਅਬਦੇ ਦੇ ਉਤੇ ਤੇ ਅੱਜ ਆਪਾਂ ਤੁਹਾਦੇ ਲਈ ਲੈ ਕੇ ਆ ਚੁੱਕੇ ਨੌਵੀਂ ਜਮਾਤ ਦਾ ਸਾਇੰਸ ਵਿਸ਼ਾ ਪੇਪਰ ਜੋ ਕਿ ਫੁੱਲ ਸਾਲ ਪੇਪਰ ਹਨਵਾਸ ਕਰਕੇ ਵੀਡੀਓ ਨੇ ਤੱਕਤ ਦੇਖ ਲੈਣਾ ਪਾਰਟ A ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ 1 ਅੰਕ ਦਾ ਹੈ ਪਹਿਲਾ ਹੈਗਾ ਕਿਸੇ ਪਦਾਰਥ ਵਿੱਚ ਮਾਦੇ ਦੀ ਮਾਤਰਾ ਨੂੰ ਕੀ ਕਹਿੰਦੇ ਹਨ ਇਹਦਾ ਆਨਸਰ ਹੈਗਾ ਸੀ ਪੁੰਜ ਅਗਰ ਦੂਸਰਾ ਨਮਕ ਦੀ ਸਮੁੰਦਰੀ ਪਾਣੀ ਤੋਂ ਕਿਸ ਬੀੜੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਇਹਦਾ ਆਨਸਰ ਹੈਗਾ ਸੀ ਵਾਸਪਿਕਨ ਅਗੇ ਤੀਸਰਾ ਸੈੱਲ ਕਿਸ ਦਾ ਬਣਦਾ ਹੈ ਇਹਦਾ ਆਨਸਰ ਹੈਗਾ ਬੀ ਲਿਪਿਡ ਦਾ ਅਗੇ ਚੌਥਾ ਮਾਧਿ ਦੇ ਮਾਧਿ ਦੇ ਕਣਾਂ ਵਿੱਚਕਾਰ ਕਿਹੜਾ ਪਰ ਇਹਨਾਂ ਨੂੰ ਬੰਨ ਕੇ ਰੱਖਦਾ ਹੈ ਇਹਦਾ ਆਨਸਰ ਹੈਗਾ ਈੜੀ ਕਣਾਂ ਦੇ ਵਿਚਕਾਰਲਾ ਪਰ ਅਗੇ ਪੰਜਵਾਂ ਚੇਤ ਅਤੇ ਗੰਧਕ ਦਾ ਮਿਸ਼ਨ ਸਭ ਤੋਂ ਵਧੀਆ ਤੰਗ ਨਾਲ ਅਲੱਗ ਕੀਤਾ ਜਾਂਦਾ ਹੈ ਇਹਦਾ ਆਨਸਰ ਹੈਗਾ ਚੁੰਬਕੀ ਵਿਧੀ ਕਿ 6 ਜਦੋਂ ਹੱਥਾਂ ਵਿਚਾਲੇ ਇੱਕ ਗੁਬਾਰਾ ਦਬਾ ਦਬਾ ਦਿੱਤਾ ਜਾਂਦਾ ਹੈ ਤਾਂ ਇਸ ਦੀ ਸ਼ਕਲ ਬਦਲ ਜਾਂਦੀ ਹੈ ਇਹ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹਨਾਂ ਸਿਰ ਅਸੰਤੁਲਿਤ ਬਲ ਗੁਬਾਰੇ ਤੇ ਕੰਮ ਕਰਦਾ ਹੈ ਅਗੇ 7ਮਾ ਇਹਨਾਂ ਵਿੱਚੋਂ ਕਿਹੜਾ ਮਿਸ਼ਰਣ ਬਣਾਉਣ ਦਾ ਨਤੀਜਾ ਹੋਵੇਗਾ ਇਹਨਾਂ ਸਿਰ ਪਾਣੀ ਵਿੱਚ ਦੁੱਧ ਮਿਲਾਉਣਾ ਅਗੇ 8ਮਾ ਬੇਗ ਸਮਾ ਗ੍ਰਾਫ ਵਿੱਚ ਘੇਰੇ ਗਏ ਖੇਤਫਲ ਤੋਂ ਮਾਪੀ ਜਾਣ ਪਾਈ ਰਾਸ਼ੀ ਕਿਹੜੀ ਹੈ ਇਹਦਾ ਅਨਸਰ ਹੈ ਕਿ ਈੜੀ ਵਸ਼ਪਿਕਨ ਅਗਨੋਮਾ ਰੰਗਹੀਨ ਪਲਾਸਟਿਡ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਅਨਸਰ ਹੈ ਈੜੀ ਲੂਪ ਲੂਪ ਕੋ ਪਲਾਸਟਤ ਅਗਿਆ ਦਸਮਾ ਗਤੀ ਕਿੰਨੀ ਕਿਸਮ ਦੀ ਹੁੰਦੀ ਹੈ ਇਹਦਾ ਅਨਸਰ ਹੈ ਤਿੰਨ ਈੜੀ ਸਹੀ ਹੈ ਅਗਿਆ ਘਹਿਰਮਾ ਮਨੁੱਖੀ ਸਰੀਰ ਵਿੱਚ ਸਭ ਤੋਂ ਸਖਤ ਤissu ਕਿਹੜਾ ਹੈ ਇਹਦਾ ਅਨਸਰ ਹੈ ਬੀ ਇਨੇਮਲ ਅਗਿਆ 12ਵਾਂ x ਸਮਾਨ ਚੱਕਰਾਕਾਰ ਗਤੀ ਦਾ ਉਦਾਹਰਨ ਹੈ ਇਹਦਾ ਸਵਾਲ ਈੜੀ ਕਾਰਕ ਦੀਆਂ ਸੂਈਆਂ ਦੀ ਗਤੀ ਅਗਿਆਤ 13ਵਾਂ ਇਹਨਾਂ ਵਿੱਚੋਂ ਕਿਹੜਾ ਮਾਦਾ ਨਹੀਂ ਹੈ ਇਹਦਾ ਸਵਾਲ ਗਰਮੀ ਗਰਮੀ ਮਹਿਸੂਸ ਕਰਨਾ ਮਤਲਬ ਉੜਾ ਸਹੀ ਹੈ ਇਹ ਇਥੇ ਲਿਖਿਆਂ ਵਿੱਚੋਂ ਕਿਸ ਬਿਜੀ ਨਾਇ ਗੈਂਸ ਦਾ ਦਵਿਕਨ ਕੀਤਾ ਜਾਂਦਾ ਹੈ ਇਹਦਾ ਸਵਾਲ ਸਸਾ ਦਬਾਅ ਘਟਾ ਕੇ ਤੇ ਤਾਪਮਨ ਵਧਾ ਕੇ ਅਗੇ 15ਵਾਂ ਜੀਵਨ ਦੀ ਰਚਨਾਤਮਕ ਅਤੇ ਮੁਦਰੀ ਇਕਾਈ ਦਾ ਨਾਮ ਦੱਸੋ ਇਹਦਾ ਅਨਸਰ ਹੈ ਜੋ ਸੈੱਲ ਅਗੇ ਸਤਾਰਮਾ ਇਹਨਾਂ ਵਿੱਚੋਂ ਕਿਹੜਾ ਸ਼ੁੱਧ ਪਦਾਰਥ ਮੰਨਿਆ ਜਾਂਦਾ ਹੈ ਸੋਡੀਅਮ ਕਲੋਰਾਇਡ ਅਗੇ ਸਤਾਰਮਾ ਹੈਗਾ ਹੇਠ ਲਿਖੇ ਵਿੱਚ ਕਿਹੜਾ ਰਸਟਾਨੀਆਂ ਦਾ ਕੰਮ ਕਰਦਾ ਹੈ ਇਹਦਾ ਅਨਸਰ ਹੈਗਾ ਪਾਚਨ ਅਗੇ Part B ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਦੋ ਅੰਕ ਦਾ ਹੈ ਜੇ ਪ੍ਰਸ਼ਨ ਨੰਬਰ 1 ਹੈਗਾ ਹੇਠ ਲਿਖੇ ਤਾਪਮਾਨਨ ਤਾਪਮਾਨਨ ਨੂੰ ਸੈਲਸੀਅਸ ਇਕਾਈ ਵਿੱਚ ਬਦਲੋ ਜੇ ਪਹਿਲੇ ਹੈ 263 K 293k 293k ਤੋਂ 273 ਘਟਾ ਦਾਂਗੇ ਫਿਰ 20 ਡਿਗਰੀ ਇਹਦਾ ਅੰਸਰ ਆਜੂ ਅੱਗੇ ਦੂਸਰਾ 470k ਇਹ ਚਾਪਾ 267k ਮਾਈਨਸ ਕਰਾ ਦਾਂਗੇ ਫਿਰ ਆਪਾਂ ਨੂੰ 197 ਆਜੂਆ ਆ ਦੋ ਜਵਾਬ ਅੰਸਰ ਹੈ ਅੱਗੇ ਦੂਸਰਾ ਕੀ ਤੁਸੀਂ ਅਜਿਹੇ ਨਿਕਲਵੇਂ ਅੰਕਾਂ ਦਾ ਨਾਮ ਦੱਸ ਸਕਦੇ ਹੋ ਜਿਨ੍ਹਾਂ ਵਿੱਚ ਆਪਣਾ ਅਨੁਮਨਚਿਕ ਪਦਾਰਥ ਹੁੰਦਾ ਹੈ ਮਾਈਟੋਕਾਂਡਰੀਆ ਬੰਗ ਹੀ ਪਲਾਸਟ ਪਲਾਸਟਿਡ ਵਿੱਚ ਆਪਣਾ ਡੀਐਨਏ ਅਣੂ ਦੇ ਰੂਪ ਵਿੱਚ ਹੁੰਦਾ ਹੈ ਜਿਸ ਦੇ ਵਿੱਚ ਸੈੱਲ ਦਾ ਨਿਰਮਾਣ ਅਤੇ ਸੰਗਠਨ ਦੀਆਂ ਸਾਰੀਆਂ ਜ਼ਰੂਰੀ ਸੂਚਨਾਵਾਂ ਹੁੰਦੀਆਂ ਹਨ ਅਗੇ ਕੁਐਸਚਨ ਨੰਬਰ 3 ਸਵੈ ਚਲਿਤ ਵਾਹਨ ਦਾ ਉਡੋਮੀਟਰ ਕੀ ਮਾਪਦਾ ਹੈ ਸਵੈ ਚਲਿਤ ਵਾਹਨ ਦਾ ਉਡੋਮੀਟਰ ਉਸ ਦੁਆਰ ਤੈਅ ਕੀਤੀ ਦੂਰੀ ਮਾਪਦਾ ਹੈ ਅੱਗੇ ਚੌਥਾ ਕਿਸੇ ਰੁੱਖ ਦੀਆਂ ਤਹਾਨੀਆਂ ਨੂੰ ਤੀਜੀ ਨਾਲ ਹਿਲਾਉਣਾ ਕੁਝ ਪੱਤੇ ਝੜ ਜਾਂਦੇ ਹਨ ਕਿਉਂ ਤਣਿਆਂ ਨੂੰ ਹਿਲਾਉਣ ਤੋਂ ਪਹਿਲਾਂ ਤਣਿਆ ਅਤੇ ਦੋਨਾਂ ਵਿਰਾਮ ਅਵਸਥਾ ਵਿੱਚ ਹੁੰਦੇ ਹਨ ਹਿਲਾਉਣ ਨਾਲ ਤਣਿਆ ਗਤੀਵਿੱਚ ਵਿੱਚ ਆ ਗਈਆਂ ਜਦੋਂ ਕਿ ਪੱਤੇ ਵਿਰਾਮ ਅਵਸ ਵਿਰਾਮ ਜਲਤਕਾਂ ਤਣਿਆ ਤੋਂ ਬਖੋ ਕੇ ਹੀਥਾ ਦਿਖ ਜਾਂਦੇ ਹਨ ਅਗੇ ਕੁਐਸਚਨ ਨੰਬਰ 5 ਸ਼ੁੱਧ ਪਦਾਰਥ ਤੋਂ ਤੁਸੀਂ ਕੀ ਸਮਝਿਓ ਸ਼ੁੱਧ ਪਦਾਰਥ ਉਹ ਪਦਾਰਥ ਸ਼ੁੱਧ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਕ ਗੁਣਾ ਵਾਲੇ ਹੁੰਨ ਸ਼ੁੱਧ ਪਦਾਰਥ ਵਿੱਚ ਸਦਾ ਹੀ ਇੱਕ ਪ੍ਰਕਾਰ ਦੇ ਕਣ ਹੁੰਦੇ ਹਨ ਜਿਵੇਂ ਸੋਨਾ ਤਾਂਬਾ ਸੋਡੀਅਮ ਕਲੋਰਾਈਡ ਚੀਨੀ ਆਦਿ ਕੁਐਸਚਨ ਨੰਬਰ 6 ਤਿਸ਼ੂ ਦੀ ਪਰਿਭਾਸ਼ਾ ਦਿਓ ਇੱਕੋ ਜੀ ਸਸਤਨਾ ਅਤੇ ਕਾਰਜ ਬਾਇ ਸੈੱਲਾਂ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਹਨ। ਕੁਐਸਚਨ ਨੰਬਰ 7 ਕਿੰਨੇ ਕਿਸਮਾਂ ਦੇ ਕਟਕ ਇਕੱਠੇ ਹੋ ਕੇ ਜਾਈਲਮ ਟਿਸ਼ੂ ਬਣਾਉਂਦੇ ਹਨ ਇਹਨਾਂ ਦੇ ਨਾਮ ਦੱਸੋ ਜਾਈਲਮ ਟਿਸ਼ੂ ਦਾ ਨਿਰਮਾਣ ਚਾਰ ਪ੍ਰਕਾਰ ਦੇ ਕਟਕ ਇਕੱਠੇ ਹੋ ਕੇ ਬਣਾਉਂਦੇ ਹਨ ਇਹ ਹਨ ਟ੍ਰੇਕੀਡਜ ਬੇਸਲਮ ਜਾਈਲਮ ਪੈਨਕਾਈਮ ਅਤੇ ਜਾਈਲਮ ਰੇਸ਼ੀ ਅਗੱਠਮਾ ਹੈਗਾ ਹੇਠ ਲਿਖੇ ਪਦਾਰਥਾਂ ਵਿੱਚੋਂ ਉਹਨਾਂ ਦੇ ਕਣਾਂ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਵਿੱਚ ਲਿਖੋ ਆਪਾਂ ਕੋ ਤਿੰਨ ਦਿਨ ਇਹਨਾਂ ਨੂੰ ਆਪਾਂ ਤਰਤੀਬ ਵਿੱਚ ਲਿਖਿਆ ਪਹਿਲੇ ਕਿ ਪਾਣੀ ਚੀਨੀ ਆਕਸੀਜਨ ਇਹਨੂੰ ਆਪਾਂ ਲਿਖਾਂਗੇ ਆਕਸੀਜਨ ਪਾਣੀ ਚੀਨੀ ਅਗਿ ਡੋਮਾ ਲਾਈਸੋਸੋਮ ਨੂੰ ਆਤਮਕਾਤੀ ਪੋਤਲੀ ਕਿਉਂ ਕਹਿੰਦੇ ਹਨ ਇਹਦਾ ਜਵਾਬ ਹੈਗਾ ਜਦੋਂ ਸੈੱਲ ਵਿੱਚ ਟੁੱਟਪੱਜ ਹੋ ਜਾਵੇ ਤਾਂ ਉਹ ਮਰ ਜਾਂ ਤਾਂ ਲਾਈਸੋਸੋਮ ਫਟ ਜਾਂਦੇ ਹਨ ਅਤੇ ਐਨਜ਼ਾਈਮ ਆਪਣੇ ਹੀ ਸੈੱਲ ਨੂੰ ਹজম ਕਰ ਜਾਂਦੇ ਹਨ ਇਸ ਲਈ ਆਈਲੋਸਿਸ ਲੇਸੋਸੀਮ ਨੂੰ ਆਤਮਕਾ ਤਿਪੋਤਲੀ ਕਹਿੰਦੇ ਹਨ 1.10 ਸਵੈਚਲਿਤ ਬਾਹਨ ਦੀ ਉਡੋਮੀਟਰ ਕੀ ਮਾਪਦਾ ਹੈ ਸਵੈਚਲਿਤ ਬਾਹਨਾਂ ਦੀ ਉਡੋਮੀਟਰ ਉਸ ਦੁਆਰ ਤੱਕ ਦੀ ਦੂਰੀ ਨੂੰ ਮਾਪਦਾ ਹੈ ਅਗਰ 11ਵਾਂ ਜਦੋਂ ਕਿਸੇ ਛੜੀ ਨਾਲ ਇੱਕ ਦਰੀ ਨੂੰ ਕੱਟਿਆ ਜਾਂਦਾ ਹੈ ਤਾਂ ਧੂੜ ਦੇ ਕਣ ਬਾਹਰ ਨਿਕਲ ਜਾਂਦੇ ਹਨ ਸਪਸ਼ਟ ਕਰੋ ਜਦੋਂ ਅਸੀਂ ਗਲੀਚੇ ਨੂੰ ਛੜੀ ਨਾਲ ਕੁੱਟਦੇ ਹਾਂ ਤਾਂ ਗਲੀਚਾ ਗਤੀ ਵਿੱਚ ਆ ਜਾਂਦਾ ਹੈ ਜਦੋਂ ਕਿ ਧੂੜ ਕਣ ਜਲਦਾ ਆਪਣਾ ਵਿਰਾਮ ਵਿੱਚ ਬਨੇ ਰਹਿੰਦੇ ਹਨ ਇਸ ਤਰ੍ਹਾਂ ਧੂੜ ਕਣ ਗਲੀਚੇ ਤੋਂ ਅਲੱਗ ਹੋ ਕੇ ਡਿੱਗ ਪੈਂਦੇ ਹਨ ਅੱਗੇ ਅੱਗੇ 12ਵਾਂ ਸਟੋਮੇਟਕ ਕੀ ਸਟੋਮੇਟਾ ਦੇ ਕੀ ਕੰਮ ਹਨ ਸਟੋਮੇਟਾ ਬਾਜੂਮੰਡੇ ਦੇ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਵਾਸ਼ਪ ਉਤਸਜਨ ਦੀ ਕਿਰਿਆ ਵੀ ਇਹਨਾਂ ਦੁਆਰਾ ਹੁੰਦੀ ਹੈ। ਅੱਗੇ ਅੱਗੇ ਪਾਠ C ਹਰੀਕ ਵਿਸ਼ੇ ਨਾਲ ਜੁੜੀ ਹੈ ਤੇ ਹਰੀਕ ਤੰਕਦਾ। ਜੇ ਕੁਐਸਚਨ ਨੰਬਰ 1 ਆਪਣੇ ਕੋ ਹੈਗਾ ਸਮंगी ਅਤੇ ਵਿਖਮੰਗੀ ਮਿਸ਼ਰਣ ਵਿੱਚ ਅੰਤਰ ਦੱਸੋ। ਸਮंगी ਅਤੇ ਵਿਖਮੰਗੀ ਮਿਸ਼ਰਣ ਵਿੱਚ ਅੰਤਰ। ਸਮंगी ਮਿਸ਼ਰਣ ਦਾ ਰੂਪ, ਗੁਣ ਅਤੇ ਸਚਨਾ ਹਰ ਅਵਸਥਾ ਵਿੱਚ ਸਮਰੂਪ ਹੁੰਦਾ ਹੈ ਵਿਖਮਗਿ ਮਿਸ਼ਰਣ ਦੇ ਘਟਕਾਂ ਦੇ ਪੌੜੇ ਗੁਣ ਇੱਕ ਦੂਸਰੇ ਤੋਂ ਵੱਖਰ ਵੱਖ ਹੁੰਦੇ ਹਨ ਜਲ ਵਿੱਚ ਨਮਕ ਅਤੇ ਜਲ ਵਿੱਚ ਚੀਨੀ ਸਮੰਗੀ ਮਿਸ਼ਣ ਦੇ ਉਦਾਹਰਣ ਪਾਣੀ ਵਿੱਚ ਤੇਲ ਨਮਕ ਵਿੱਚ ਗੰਧਕ ਨਮਕ ਵਿੱਚ ਲੋਹੇ ਦੇ ਛਿੱਲ ਰੇਤ ਵਿੱਚ ਨਮਕ ਨਮਕ ਵਿੱਚ ਚੀਨੀ ਆਂਦੇ ਵਿਖਮਗ ਮਿਸ਼ਣ ਦੇ ਉਦਾਹਰਣ ਹਨ ਅਗੇ ਕੁਐਸਚਨ ਬਦੋ ਹੈਗਾ ਆਪਣੇ ਕੋ ਪੌਦੇ ਵਿੱਚ ਸੈੱਲ ਤਿਸੋਂ ਗੁੰਜਲਦਾ ਤਿਸੋਂ ਤੋਂ ਕਿਵੇਂ ਪਿੰ ਹਨ ਪੌਦੇ ਵਿੱਚ ਸੈਲ ਤਿਸੂ ਗੁੰਜਦਾ ਤਿਸੂ ਤੇ ਪਿੰਨ ਹਨ ਪਹਿਲੇ ਹੈਗਾ ਸੈਲ ਤਿਸੂ ਇਹ ਇੱਕੋ ਇਹ ਇੱਕੋ ਪ੍ਰਕਾਰ ਦੇ ਕੋਸ਼ਿਕਾ ਮਤੋਂ ਬਣਦੇ ਹਨ ਦੂਸਰਾ ਹੈਗਾ ਇਹ ਪਰਤ ਤਿਸੂ ਦੇ ਆਲਪਾ ਆਪਾ ਦੀ ਪੈਕਿੰਗ ਦਾ ਨਿਰਮਾਣ ਕਰਦੇ ਹਨ ਤੀਸਰਾ ਇਹ ਪਤਲੀ ਸੈਲ ਪੀਟੀ ਵਾਲੀਆਂ ਸਰ ਕੋਸ਼ਿਕਾ ਮਤੋਂ ਬਣੇ ਹੁੰਦੇ ਹਨ ਚੌਥਾ ਹੈ ਇਹ ਜੀਵਿਤ ਕੋਸ਼ਿਕਾ ਮ ਹਨ ਜੋ ਸਥਿਰਤਾ ਨਾਲ ਜੁੜੀਆਂ ਹੁੰਦੀਆਂ ਹਨ ਇਸ ਲਈ ਇਹਨਾਂ ਦੀਆਂ ਕੋਸ਼ਿਕਾਂ ਵਿੱਚ ਕਾਫੀ ਜਗ੍ਹਾ ਪਾਈ ਜਾਂਦੀ ਹੈ ਅਗੇ ਗੁੰਝਲਦਾਰ ਟਿਸ਼ੂ ਇਹ ਕਈ ਪ੍ਰਕਾਰ ਦੇ ਕੋਸ਼ਿਕਾਵਾਂ ਤੋਂ ਮਿਲ ਕੇ ਬਣਦੇ ਹਨ ਜਿਵੇਂ ਹੈਗਾ ਜਾਈਲਮ ਤੇ ਫਲੋਰਿਮ ਦੂਸਰਾ ਇਹ ਸੰਬੰਧ ਬੰਡਲ ਦਾ ਨਿਰਮਾਣ ਕਰਦੇ ਹਨ ਤੀਸਰਾ ਇਸ ਦੇ ਕੋਸ਼ਿਕਾਵਾਂ ਮਿੱਤੀ ਮੋਟੀ ਹੁੰਦੀ ਹੈ ਅਗੇ ਚੌਥਾ ਹੈਗਾ ਜਾਈਲਮ ਦੀਆਂ ਜਾਈਲਮ ਦੇ ਬਥੇਰੇ ਕੋਸ਼ਿਕਾਵਾਂ ਮਰੀਆਂ ਹੁੰਦੀਆਂ ਹਨ ਅਤੇ ਫਲੋਇੰਗ ਵਿੱਚ ਫਲੋਰਿਮ ਦੇਸ਼ ਮਰੀ ਹੁੰਦੇ ਹਨ ਇਹਨਾਂ ਦਾ ਆਕਾਰ ਨਾਲੀਦਾਰ ਅਤੇ ਸ਼ੀਕਾਬਾਲੀ ਬਿੱਲੀ ਵਾਲਾ ਹੁੰਦਾ ਹੈ ਕਵੈਸਚਨ ਨੰਬਰ 4 ਕੋਈ ਵਸਤੂ ਬਾਹਰੀ ਅਸੰਤੁਲਨ ਬਰ ਸਿਰਫ ਸਿਰਫ ਮਹਿਸੂਸ ਕਰਦੀ ਹੈ ਕਿ ਕਿਸੇ ਵਸਤੂ ਤੇ ਲਈ ਸਿਰਫ ਬੇਗ ਨਾ ਗਤੀ ਕਰਨਾ ਸੰਭਵ ਹੈ ਜੇਕਰ ਹਾਂ ਤਾਂ ਵਸਤੂ ਦੇ ਬੇਗ ਦੇ ਪ੍ਰਿਨਾਮ ਅਤੇ ਦਿਸ਼ਾ ਵਿੱਚ ਲੱਗਣ ਵਾਲੇ ਸ਼ਰਤਾਂ ਬਿਆਨ ਕਰੋ ਜੇਕਰ ਨਹੀਂ ਤਾਂ ਕਾਰਨ ਸਪਸ਼ਟ ਕਰੋ ਇਹਦਾ ਜਵਾਬ ਹੈ ਹਾਂ ਕਿਸੇ ਵਸਤੂ ਵਿੱਚ ਕੁਝ ਬੇਗ ਨਾ ਗਤੀ ਗਤੀ ਕਰਨਾ ਸੰਭਵ ਹੈ ਜਦੋਂ ਕਿ ਉਹ ਵਸਤੂ ਬਾਹਰੀ ਅਸੰਤੁਲਨ ਬਰ ਸਿਰਫ ਮਹਿਸੂਸ ਕਰ ਸਕਦੀ ਹੈ ਅਜਿਹਾ ਸਥਾ ਵਿੱਚ ਬੇਗ ਦਾ ਪਲੀ ਪਲੀਮਾਨ ਅਤੇ ਦਿਸ਼ਾ ਸਮਾਨ ਰਹੇਗੀ ਉਦਾਹਰਨ ਲਈ ਮੀਂਹ ਸਮੇਂ ਪਾਣੀ ਵਿੱਚ ਤੁੰਦ ਜਦੋਂ ਸਥਿਰ ਬੇਗ ਨਾਲ ਹੇਠਾਂ ਧਰਤੀ ਵੱਲ ਦਿਖਦੀ ਹੈ ਤਾਂ ਉਸ ਦੀ ਬੂੰਦਾਂ ਦਾ ਪਾਲ ਅਤੇ ਹਵਾ ਦਾ ਤਕੀਰਬਲ ਇੱਕ ਦੂਜੇ ਨੂੰ ਸੰਤੁਲਨ ਕਰ ਲੈਂਦਾ ਹੈ ਅਲਤਾਤ ਪਾਣੀ ਦੀ ਬੂੰਦ ਬਲ ਸਿਰਫ ਲੱਗਦਾ ਹੈ ਹੈ ਕੁਐਸਚਨ ਨੰਬਰ 4 ਹੈਗਾ ਆਪਣੇ ਕੋਲ ਇੱਕ ਸਤਿਪ੍ਰਤ ਕੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕੋਲ ਰਾਈਟ ਅਤੇ 100 ਗ੍ਰਾਮ ਪਾਣੀ ਵਿੱਚ 200 293 ਕੇ ਤੇ ਕੋ ਲੈ ਜਾਂਦਾ ਹੈ ਇਸ ਤਾਪ ਬੰਦੀ ਇਸ ਦੀ ਸੰਗਤਤਾ ਪਤਾ ਕਰੋ ਆ ਤੁਸੀਂ ਲਿਖ ਸਕਦੇ ਹੋ ਜਿਵੇਂ ਆ ਲਿਖਿਆ ਪਿਆ ਪਹਿਲੇ કુલੰਦੀ ਪਦਾਰਥ ਦਾ ਪੁੰਜ 36 ਜੀ 36 ਗ੍ਰਾਮ ਮਤਲ ਕੋਲਕਾ ਦਾ ਪੁੰਜ 100 ਗ੍ਰਾਮ ਕੋਲਕਾ ਦਾ ਪੁੰਜ ਬਰਾਬਰ ਕੁਲਿਤ ਦਾ ਪੁੰਜ ਪਲੱਸ ਕੋਲਕਾ ਦਾ ਪੁੰਜ 136 ਜੀ ਬਰਾਬਰ ਪਲੱਸ 100 ਜੀ ਬਰਾਬਰ ਆ 136 ਜੀ ਫਿਰ ਆਪਾਂ ਇਹਨਾਂ ਨੂੰ ਮਤਲ ਉਹ ਕੱਲਾਂਗੇ ਮਤਲ ਗ੍ਰਾਮਾਂ 'ਚ ਕਰ ਦੇ ਲਾਂਗੇ ਮਿਲੀਗ੍ਰਾਮ ਚ ਅਗੇ 37000 170 100 ਇਹਨੂੰ ਆਪਾਂ ਲਿਖ ਦਾਂਗੇ 26.47% ਅਗੇ ਪੰਜਵੇਂ ਮੈਂ ਨਿਊਰੋਨ ਦਾ ਇੱਕ ਲਿਵੇ ਕੀਤਾ ਚਿੱਤਰ ਬਣਾਓ ਮਤਲਬ ਨਿਊਰੋਨ ਦਾ ਚਿੱਤਰ ਬਣਾਉਣਾ ਇਹ ਤੁਸੀਂ ਇਸ ਪਕਾ ਬਣਾ ਲੈਣਾ ਹੈ ਇਹ ਕੁਐਸਚਨ ਨੰਬਰ 26 ਇਥੇ ਲਿਖੇ ਪ੍ਰੀਖਣ ਦਾ ਕੰਨ ਦੱਸੋ ਗਰਮ ਗਰਮਾ ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰੋਂ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸਦੇ ਕੋਲ ਜਾਣਾ ਪੈਂਦਾ ਹੈ ਇਰਾਨ ਸਿਹ ਹੈ ਗਰਮਾ ਗਰਮ ਭੋਜਨ ਜਾਂ ਠੰਡਾ ਖਾਣਾ ਕਨ ਤੋ ਬੰਦਾ ਹੈ ਅਤੇ ਪਦਾਰਥ ਦੇ ਕਣ ਸਦਾ ਗਤੀਸ਼ੀਲ ਹੁੰਦੇ ਹਨ ਉਹਨਾਂ ਦੇ ਵਿਸਰਣ ਹੁੰਦਾ ਹੈ ਤਾਪਮਨ ਵਧਨ ਨਾਲ ਕਨ ਦੀ ਗਤੀ ਤੇਜ਼ ਹੋ ਜਾਂਦੀ ਹੈ ਉਹਨਾਂ ਦੇ ਵਿਸਰਣ ਦੀ ਦਰ ਵਧ ਜਾਂਦੀ ਹੈ ਗਰਮਾ ਗਰਮ ਖਾਣੇ ਦੀ ਮਹਿਕ ਕਈ ਮੀਟਰ ਤੋਂ ਦੂਰ ਅਤੇ ਤੁਹਾਡੇ ਕੋਲ ਵਿਸਰਣ ਰਾਹੀਂ ਪਹੁੰਚ ਜਾਂਦੀ ਹੈ ਦੂਜੇ ਪਾਸੇ ਠੰਡਾ ਦੇ ਠੰਡਿਆ ਹੌਨ ਦੇ ਇਸ ਦੇ ਕਰਨਾ ਦੀ ਹਵਾ ਵਿੱਚ ਬਿਸ਼ਲ ਲੱਪਣ ਨਾਂ ਦੇ ਬਰਾਬਰ ਹੁੰਦਾ ਹੈ ਇਸ ਲਈ ਬਥੇ ਬਥੇ ਦੂਰੀ ਤੇ ਠੰਡੇ ਭੋਜਨ ਦੀ ਮਹਿਕ ਨਹੀਂ ਆਹ ਪਾਉਂਗੇ ਅਰੇ ਸਾਨੂੰ ਨੇੜੇ ਭੋਜਨ ਦੀ ਨੇੜੇ ਜਾਣਾ ਪੈਂਦਾ ਹੈ ਅਗਿਆ ਕੁਐਸਚਨ ਨੰਬਰ 7 ਕੇਰੀਓਟ ਅਤੇ ਯੂਕੇਰੀਓਟ ਸੈੱਲਾਂ ਦਾ ਅੰਤ ਦੱਸੋ ਪਹਿਲੇ ਹੈਗਾ ਯੂਕੇਰੀਓਟ ਸੈੱਲ ਪਹਿਲੇ ਹੈਗਾ ਆਕਾਰ ਆਮ ਤੌਰ ਤੇ ਛੋਟਾ ਹੁੰਦਾ ਹੈ ਕੇਂਦਰੀ ਖੇਤਰ ਅਸਪਸ਼ਟ ਕੇਂਦਰੀ ਖੇਤੇ ਵਿੱਚ ਇੱਕ ਸਿਰਫ ਕੁਮੈਰਿਕ ਪਦਾਰਥ ਹੁੰਦਾ ਹੈ ਜਿਸ ਨੂੰ ਕੇਂਦਰ ਕਹਿੰਦੇ ਹਨ ਤੀਸਰੇ ਹੈ ਗੁਣਸੂਤਰ ਇੱਕ ਤੋਂ ਜ਼ਿਆਦਾ ਹੁੰਦੇ ਨੇ ਅਗੇ ਚੌਥਾ ਖਾਲੀ ਨਾਰਕੀ ਦੇ ਸੈੱਲ ਵਿੱਚ ਨਿਕੜਵੇਂ ਅੰਗ ਹੁੰਦੇ ਹਨ ਜਦੋਂ ਕਿ ਪਕਵੈਲੀਓ ਦੇ ਸੈੱਲ ਵਿੱਚ ਇਹ ਆਕਾਰ ਵਿੱਚ ਵੱਡਾ ਹੁੰਦਾ ਹੈ ਇਹ ਸਪਸ਼ਟ ਉਹਦੇ ਚਾਰੇ ਪਾਸੇ ਕੇਂਦਰੀ ਚ ਲਿਬੜਨਾ ਕੇ ਲਈ ਹੁੰਦਾ ਗੁਣਸੂਤਰ ਕੇਵਲ ਇੱਕ ਹੁੰਦਾ ਤੇ ਬਿੱਲੀ ਨਾਲ ਦੇ ਸੈੱਲਾਂ ਦੇ ਨਿਕੜਵੇਂ ਅੰਗ ਹੁੰਦੇ ਹਨ ਅੱਗੇ ਕੁਐਸਚਨ ਨੰਬਰ 8 ਪਦਾਰਥ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀ ਹਨ ਕੀ ਵਿਸ਼ੇਸ਼ਤਾਵਾਂ ਨੂੰ ਆਪਾਂ ਦੱਸਣੀ ਹੈ ਨਾ ਸਾਰੇ ਪਦਾਰਥ ਕਣਾਂ ਤੋਂ ਮਿਲ ਕੇ ਬਣਦੇ ਹਨ ਸਾਰੇ ਪਦਾਰਥਾਂ ਦੇ ਕਣ ਬਹੁਤ ਛੋਟੇ ਹੁੰਦੇ ਹਨ ਇੰਨੇ ਛੋਟੇ ਹੁੰਦੇ ਹਨ ਕਿ ਇਹਨਾਂ ਨੂੰ ਛੋਟੇ ਛੋਟੇ ਅਕਾਲ ਦੀ ਸਕਲਪਨਾ ਵੀ ਨਹੀਂ ਕਰ ਸਕਦੇ ਉਹਦੇ ਵਿਸ਼ੇਸ਼ਤਾਵਾਂ ਅੱਗੇ ਲਿਖੇ ਅਨੁਸਾਰ ਹਨ ਪਹਿਲੇ ਕਿ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂਵਾਂ ਹੁੰਦੀਆਂ ਹਨ ਪਦਾਰਥ ਦੇ ਕਣ ਲਗਾਤਾਰ ਗਤੀ ਕਰਦੇ ਹਨ ਗਤੀ ਕਰਦੇ ਰਹਿੰਦੇ ਹਨ ਤੇ ਉਹਨਾਂ ਵਿੱਚ ਗਤੀਜ ਊਰਜਾ ਹੁੰਦੀ ਹੈ ਪਦਾਰਥਿਕਣ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ ਇਹ ਆਕਰਸ਼ਣ ਬਲ ਬਖ ਬਖ ਵਸਤੂਆਂ ਵਿੱਚ ਬਖ ਬਖ ਹੁੰਦਾ ਹੈ ਤਾਂ ਆਪਣਾ ਵਧਾਉਣ ਲਈ ਕਰਨ ਦੀ ਗਤੀਜ ਊਰਜਾ ਵੱਧ ਜਾਂਦੀ ਹੈ ਅਗਰ ਪਾਖੜੀ ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਹੈਗਾ 5 ਅੰਕ ਦਾ ਪਹਿਲੇ ਪ੍ਰਸ਼ਨ ਹੈਗਾ ਆਪਣੇ ਕੋ ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਨ ਸਥਿਰ ਕਿਉਂ ਹੁੰਦਾ ਹੈ ਇਟੈਂਸ ਲੇਕ ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਸਥਿਰ ਰਹਿੰਦਾ ਹੈ ਕਣਾਂ ਦੇ ਆਪਸੀ ਆਕਰਸ਼ਣ ਬਲ ਨੂੰ ਘਟਾਉਣ ਲਈ ਇਹ ਤਾਪ ਊਰਜਾ ਦੀ ਵਰਤੋਂ ਹੁੰਦੀ ਹੈ ਤੇ ਤੇ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ ਤਾਪਨ ਵਿੱਚ ਵਾਧਾ ਦਿਖਾਏ ਬਿਨਾ ਹੀ ਪਦਾਰਥ ਤਾਪ ਊਰਜਾ ਨੂੰ ਸੋਖ ਲੈਂਦਾ ਹੈ ਬਾਜੂਬੰਦ ਗੈਸਾਂ ਨੂੰ ਦਰਬ ਵਿੱਚ ਪਰਿਵਰਤਤ ਕਰਨ ਦੇ ਲਈ ਕੋਈ ਵਿਧੀ ਸੁਝਾਓ ਉੱਤਰ ਹੈਗਾ ਬਾਜੂਮੇ ਦਾ ਗੈਸਰ ਦੇ ਕਿਸੇ ਬੰਦ ਬਰਤਨ ਵਿੱਚ ਬੰਦ ਕਰਕੇ ਦਬਾਅ ਦਬਾਅ ਵਧਾ ਕੇ ਤਾਪਰ ਘਟ ਕਰਕੇ ਇਸ ਦੇ ਤਲ ਵਿੱਚ ਬਦਲਿਆ ਜਾ ਸਕਦਾ ਹੈ ਜੇ ਤੁਸੀਂ ਆ ਕਰ ਲੈਣਾ ਹੈ ਜਿਹਦੇ ਆਪਸ਼ਨ ਦੇ ਵਿੱਚ ਕੋਲ ਨਿਬਰ ਅਤੇ ਕੁਲਰੜੀ ਵਿੱਚ ਇੱਕ ਦੂਜੇ ਤੋਂ ਪਿੰਨ ਹਨ ਜੇ ਤੁਸੀਂ ਆ ਕਰ ਲੈਣਾ ਆ ਸਾਰ ਲਿਖਣਾ ਔਖਾ ਇਸ ਕਰਕੇ ਤੁਸੀਂ ਉਤਰੀ 2 ਕਰ ਲੈਣਾ ਹੈ ਅੱਗੇ ਆ ਗਿਆ ਕੁਐਸਚਨ ਨੰਬਰ 2 ਜੇਕਰ ਪ੍ਰਾਈਟ ਟਿੱਲੀ ਫਟ ਜਾਵੇ ਤਾਂ ਟੋਟਲ ਜਾਵੇ ਤਾਂ ਕੀ ਹੋਵੇਗਾ ਇਹਨਾਂ ਅਸਰ ਰਿਹਾ ਜੇਕਰ ਪ੍ਰਾਈਜ਼ ਮੈਂ ਬਿਲੀ ਫਟ ਜਾਵੇ ਤਾਂ ਜਾਂ ਟੁੱਟ ਜਾਵੇ ਤਾਂ ਕੋਸ਼ਿਕਾ ਦਾ ਅੰਦਰਲਾ ਲਾਈਸੋਸੋਮ ਫਟ ਜਾਵੇਗਾ ਅਤੇ ਐਨਜ਼ਾਈਮ ਆਪਣੇ ਹੀ ਕੋਸ਼ਿਕਾ ਨੂੰ ਹਜਮ ਕਰ ਲੈਣਗੇ ਅਜੀ ਸਥਿਤੀ ਵਿੱਚ ਸੈੱਲ ਦਾ ਜੀਵਿਤ ਰਹਿਣਾ ਮੁਸ਼ਕਲ ਹੋ ਜਾਵੇਗਾ ਤੇ ਦੂਸਰਾ ਕੁਸ਼ਣ ਹੈਗਾ ਦੂਸਰਾ ਜੇਕਰ ਗਾਲਜੀਕ ਕਾਇਮ ਨਾ ਹੋਣ ਤਾਂ ਸੈੱਲ ਦੇ ਜੀਵਨ ਦਾ ਕੀ ਹੋਵੇਗਾ ਇਹਨਾਂ ਅਸਰ ਰਿਹਾ ਜੇਕਰ ਗਾਲਜੀਕ ਕਿਰਿਆਵਾਂ ਕਾਇਮ ਨਾ ਹੋਣ ਤਾਂ ਐਟੋਪਰਾਇਜ਼ਮ ਇੱਕ ਜਾਰ ਵਿੱਚ ਸਸ੍ਰੇਸ਼ਿਤ ਪਦਾਰਥ ਸੈੱਲ ਦੇ ਬਾਹਰ ਅਤੇ ਅੰਦਰ ਬਖਬ ਖੇਤਰਾਂ ਵਿੱਚ ਨਹੀਂ ਜਾ ਸਕਣਗੇ ਇਹ ਲਾਈਸੋਸੋਮ ਨੂੰ ਬਣਾਉਣ ਲਈ ਇੱਕ ਸਹਾਇਕ ਹੈ ਜਿਸ ਦੁਆਰਾ ਕੋਸ਼ਿਕਾਮ ਦੇ ਬੇਠ ਪਦਾਰਥਾਂ ਦਾ ਨਿਪਟਾਰਾ ਹੁੰਦਾ ਹੈ ਗਾਰਜੀਕ ਕਾਇਮਤ ਤੋਂ ਬਿਨਾ ਪਦਾਰਥਾਂ ਨੂੰ ਜਮਾ ਕਰਨਾ ਰੂਪਾਂਤਰ ਕਰਨਾਂ ਆਂਦੀ ਕੰਮ ਵੀ ਨਹੀਂ ਹੋ ਸਕਦੇ ਜੇ ਜੋ ਆਪਸ਼ਨ ਦੇ ਵਿੱਚ ਪ੍ਰਸ਼ਨ ਹੈਗਾ ਇੱਕ ਅੱਗ ਬੁਝਾਊ ਵਾਲ ਇੱਕ ਅੱਗ ਬੁਝਾਉਣ ਵਾਲੇ ਕਰਮਚਾਰੀ ਨੂੰ ਤੇਜ਼ ਗਤੀ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਸੁੱਤਣ ਦੀ ਸੁੱਤਣ ਬਾਰੇ ਡਬਲਯੂਡੀ ਨਰੀਦ ਨੂੰ ਪਕੜਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ ਇਹਨੂੰ ਸਪਸ਼ਟ ਕਰੋ ਜੇ ਤੁਸੀਂ ਆਹ ਕਰ ਲੈਣਾ ਹੈ ਹੁਣ ਆਪੇ ਕੋ ਤੀਜਾ ਕੁਐਸਚਨ ਹੈਗਾ ਅਮੀਬਾ ਆਪਣਾ ਭੋਜਨ ਕਿਵੇਂ ਬਣਾਉਂਦਾ ਹੈ ਅਮੀਬਾ ਦੀ ਕੋਸ਼ਿਕਾ ਵਿੱਚ ਤਿੱਲੀ ਵਿੱਚ ਲਚਕੀਲਾਪਨ ਹੁੰਦਾ ਹੈ ਜੋ ਅਮੀਬ ਨੂੰ ਬਹਾਲੀ ਬਾਤ ਆਪਣੇ ਵਿੱਚੋਂ ਆਪਣਾ ਭੋਜਨ ਅਤੇ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਕੇ ਲੈਣਾ ਅਮੀਬਾ ਆਪਣਾ ਭੋਜਨ ਪ੍ਰਾਪਤ ਕਰਦਾ ਹੈ ਉਸ ਨੂੰ ਐਡਰੋਸਾਈਟੋਸਿਸ ਕਹਿੰਦੇ ਹਨ ਅਮੀਬਾ ਪਾਣੀ ਵਿੱਚ ਮਿਲਣ ਵਾਲੇ ਸੁਖਮ ਜੀਵਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ ਉਹ ਉਹ ਆਪਣੇ ਭੋਜਨ ਨੂੰ ਕਿਸੇ ਵੀ ਸਥੈ ਤੋਂ ਆਬਾਸੀ ਪਹਿਲਾ ਦੁਆਰਾ ਪ੍ਰਾਪਤ ਕਰਦਾ ਹੈ ਜਦੋਂ ਭੋਜਨ ਪਦਾਰਥ ਉਸ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਆਬਾਸੀ ਪਹਿਲਾ ਨਾਲ ਉਸ ਨੂੰ ਚਾਰੇ ਪਾਸੇ ਘੇਰ ਲੈਂਦਾ ਹੈ ਅਤੇ ਉਹ ਪਿਆਲੇनुमा ਰਚਨਾ ਦੁਆਰ ਰਚਨਾ ਦੁਆਰ ਕਰਦਾ ਹੈ ਜਿਸ ਨੂੰ ਭੋਜਨਤਾਣੀ ਕਹਿੰਦੇ ਹਨ ਇਸ ਤਰ੍ਹਾਂ ਖਾਦ ਪਦਾਰਥ ਕੋਸ਼ਿਕਾ ਮੈਂ ਅੰਦਰ ਵਿੱਚ ਥੈਲੀ ਵਿੱਚ ਬੰਦ ਹੋ ਜਾਂਦੇ ਹਨ ਪੋਜਨ ਦਾ ਪਾਚਨ ਰੋ ਪੋਜਨਤਾ ਨਿਦੇ ਐਂਜਾਈਮਨ ਉਸ ਸਹਾਇਤਾ ਨਾਲ ਹੁੰਦਾ ਹੈ ਪਚਾ ਹੋਇਆ ਪੋਜਨ ਵਿਸ਼ੜਨ ਕਿਰਿਆਹੀ ਕੋਸ਼ਿਕਾ ਵਿੱਚ ਵਿੱਚ ਜਾ ਕੇ ਅਪਸ਼ੋਸ਼ਿਤ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਸਬਾਭੀ ਗਿਕਨਨ ਕਹਿੰਦੇ ਹਨ ਜੋ ਪੋਜਨ ਪਚ ਨਹੀਂ ਸਕਦਾ ਤਾਂ ਉਸ ਸਰੀ ਸਥਿਤ ਹੋਤੇ ਪੋਜਨਤਾਨ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ ਜੇ ਇਹਦੇ ਆਪਸ਼ਨ ਦੇ ਪਿੱਛੇ ਪ੍ਰਸ਼ਨ ਹੈਗਾ ਤੁਸੀਂ ਆ ਕਰ ਲੈਣਾ ਤੇ ਇਹ ਪੇਪਰ ਇੱਥੇ ਹੀ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਆਪੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਨਾ ਓਕੇ ਦੋਸਤੋ